बटाला की पोश कलोनी अर्बन स्टेट के उस समय माहौल दहशत भरिया हो गया जदों जिमनी प्लाट नूं लैके एक ग्रुप ने साबका विधायक स्वर्गीय जगदीश राजसाहनी के परिवार उत्ते तांबड़ तोड़ गोलियां चलानियां शुरू कर दित्तियां। इस घटना दे विच जानी नुकसान नहीं होया ते घटना सीसीटीवी कैमरे दे विच रिकॉर्ड हो गई है। पुलिस इस घटना नूं लैके जांच दे विच जुट गई है। ਇਹ ਤਕਰੀਬਨ 3 ਵਜੇ ਦੇ ਲਾਗੇ ਤਾਗੇ ਦੀ ਗੱਲ ਹੈ। ਅਸੀਂ ਇੱਥੇ ਬੈਠੇ ਸੀ। ਇਹ ਮੇਰੀ ਜਗ੍ਹਾ ਬਹੁਤ ਪੁਰਾਣੀ ਹੈ, ਮੇਰੇ ਫਾਦਰ ਦੇ ਟਾਈਮ ਦੀ ਇੱਥੇ ਵਲੀ ਦੀ ਹੈ। ਮੈਂ ਇੱਥੇ ਗਾਰਡ ਰੂਮ ਬਣਾ ਰਹੀ ਸੀ ਕਿਉਂਕਿ ਮੈਨੂੰ ਖਤਰਾ ਸੀ ਕਿ ਕੋਈ ਨਾ ਕੋਈ ਦੇਖਦਾ ਕਿ ਇਹ ਲੜਕੀਆਂ ਰਹਿ ਗਈਆਂ, ਇਹਨਾਂ ਦੇ ਫਾਦਰ ਹੈ ਨਹੀਂ, ਕੋਈ ਮੇਲ ਸਪੋਰਟ ਹੈ ਨਹੀਂ ਹੈ, ਅਤੇ ਕਿੱਥੇ ਕੁੱਤੇ ਰੱਖ ਦਈਏ ਅਤੇ ਕਿੱਥੇ ਗਾਰਡ ਬਣਾ ਦਈਏ ਤਾਂ ਕਿ ਸਾਡੀ ਪ੍ਰਾਪਰਟੀ ਨੂੰ ਕੋਈ ਡੈਮੇਜ ਨਾ ਕਰੇ। ਇਹ ਵੀ ਇਹਦੇ ਨਾਲ ਵੀ ਉਸ ਤੋਂ ਅੱਗੇ ਵੀ ਸਾਰੀ ਪ੍ਰਾਪਰਟੀ ਮੇਰੇ ਫਾਦਰ ਦੇ ਟਾਈਮ ਦੀ ਮੇਰੇ ਕੋਲ ਆ। ਅਸੀਂ ਇੱਥੇ ਬੈਠੇ ਸੀ ਅਤੇ 3 ਵਜੇ ਲੱਗੇ ਤਾਂ ਕਿ ਉਸ ਤੋਂ ਪਹਿਲਾਂ 2 ਵਜੇ ਤੱਕ ਇੱਥੇ ਆਏ SHO ਸਿਵਲ ਲਾਈਨ ਆਏ ਆ। ਉਹ ਕਹਿੰਦੇ ਤੁਸੀਂ ਇੱਥੇ ਕੰਮ ਬੰਦ ਕਰਾ ਦਿਓ। ਮੈਂ ਉਹਨਾਂ ਨੂੰ ਕਿਹਾ ਸਾਡੇ ਕੋਲ ਕੋਰਟ ਦਾ ਸਟੇਅ ਹੈ, ਇਹੋ ਜਿਹਾ ਕੋਈ ਮੈਟਰ ਨਹੀਂ ਹੈਗਾ। ਉਹਨਾਂ ਨੇ ਸਟੇਅ ਪੜ ਕੇ ਕਹਿੰਦੇ ਜੀ ਤੁਸੀਂ ਕੰਸਟਰਕਸ਼ਨ ਬੰਦ ਕਰਾ ਦਿਓ, 4 ਵਜੇ ਮੇਰੇ ਕੋਲ ਪੇਸ਼ ਹੋ। ਮੈਂ ਕਿਹਾ ਮੈਨੂੰ ਕੀ ਲੋੜ ਹੈ ਪੇਸ਼ ਹੋਣ ਦੀ ਜਦੋਂ ਮੇਰੇ ਕੋਲ ਕੋਰਟ ਦਾ ਸਟੇਅ, ਕੋਰਟ ਮੈਨੂੰ ਕਾਲ ਕਰੇ ਕਿ ਮੈਂ ਜਾਊਂਗੀ, ਕੰਮ ਡੱਕ ਦਿਓ। ਮੈਂ ਕਿਹਾ ਚਲੋ ਅਸੀਂ ਅਮਨ ਪਸੰਦ ਹੈ, ਕੰਮ ਡੱਕ ਦਿੰਦੇ ਹਾਂ, ਕੋਈ ਗੱਲ ਨਹੀਂ, ਕੰਮ ਡੱਕ ਕੇ ਅਸੀਂ ਕਿਹਾ ਚਲੋ ਲੰਚ ਕਰ ਲੈਂਦੇ। ਇੱਥੇ ਬੈਠੇ ਸੀ ਯਕਦਮ ਤਾਂ ਇਸ ਤਰ੍ਹਾਂ ਦੇ ਬਹੁਤ ਭੱਜਣ ਦੀ ਜ਼ੋਰ ਦੀ ਆਵਾਜ਼ ਹੀ ਠਾਠਾ। ਮੈਂ ਜਿੱਥੇ ਬੈਠੀ ਸੀ ਮੇਰੇ ਗੋਡੇ ਦੇ ਕੋਲ ਇੱਕ ਇੱਟ ਆਈ। ਮੈਂ ਕਿਹਾ ਇੱਟ ਕਿੱਥੋਂ ਆ ਗਈ ਵੀ? ਅਤੇ ਕਹਿੰਦੇ ਨਹੀਂ ਮਿਸਤਰੀਆਂ ਨੂੰ। ਮੈਂ ਕਿਹਾ ਤੁਸੀਂ ਕੀ ਕਰਦੇ? ਕਹਿੰਦੇ ਅਸੀਂ ਖਲਾਰਾ ਸਾਹਮਣੇ, ਅਸੀਂ ਇੱਟ ਤਾਂ ਨਹੀਂ ਸੁੱਟੀ। ਉਹ ਯਕਦਮ ਦੇਖੇ 5-6 ਇੱਟਾਂ ਆਈਆਂ, ਅਸੀਂ ਇੱਕਦਮ ਸਖਤੇ 'ਚ ਖੜ੍ਹੇ ਹੋਏ ਅਤੇ ਦੇਖਿਆ ਬਹੁਤ ਸਾਰੇ ਕੰਧ ਧੱਕਾ ਮਾਰ ਕੇ ਕੰਧ ਢਾਣ 'ਤੇ ਗੋਲੀਆਂ ਚੱਲਣ ਦੀ ਆਵਾਜ਼ ਆ ਗਈ। ਅਸੀਂ ਜਵਾਬੀ ਮੇਕਅਪ ਆਪਣਾ ਅਸਲਾ ਹੁੰਦਾ, ਮੈਂ ਬੇਟੇ ਨੂੰ ਆਵਾਜ਼ ਲਗਾਈ, ਉਹਨੇ ਮੇਰੇ ਹੱਥ 'ਚ ਮੇਰਾ ਅਸਲਾ ਫੜਿਆ। ਮੈਂ ਭੱਜ ਕੇ ਅੰਦਰੋਂ ਫਿਰ ਉਹਦਾ ਅਸਲਾ ਲੈ ਕੇ ਅਸੀਂ ਜਵਾਬੀ ਫਾਇਰ ਕੱਢੇ। ਮੇਰਾ ਬ੍ਰਦਰ ਅਤੇ ਮੇਰਾ ਬ੍ਰਦਰ ਲਾ ਛੱਤ 'ਤੇ ਚੜ੍ਹੇ, ਉੱਥੋਂ ਉਹਨਾਂ ਨੇ ਜਵਾਬੀ ਫਾਇਰ ਕੱਢੇ। ਉਹ ਘੱਟੋ ਘੱਟ 50-60 ਲੋਕ, ਮੇ ਵੀ ਜ਼ਿਆਦਾ ਵੀ ਹੋਣ। ਮੇਰੇ ਬਿਲਕੁਲ ਨਾਲ ਮੇਰਾ ਛੋਟਾ ਬੇਟਾ ਖੜਾ ਸੀ ਜਿਹਨੂੰ ਵੱਜਦੇ ਵੱਜਦੇ ਗੋਲੀ ਨਿਕਲੀ। ਮੈਂ ਪਹਿਲਾਂ ਬੱਚੇ ਅੰਦਰ ਕਿਤੇ ਆ, ਮੈਂ ਬੂਹੇ ਤੋਂ ਫਾਇਰ ਕਰਦੀ ਰਹੀ। ਮੇਰਾ ਬੇਟਾ ਅਤੇ 3 ਜਣੇ ਪੂਰਾ ਫਾਇਰ ਕਰਦੇ ਰਹੇ, ਅਸੀਂ ਜਵਾਬੀ ਫਾਇਰ ਕੀਤੇ। ਮੇ ਵੀ ਉਹਨਾਂ ਨੂੰ ਲੱਗੀ ਹੋਈ ਨਹੀਂ ਲੱਗੀ ਹੋਈ, ਬਟ ਅਸੀਂ ਆਪਣਾ ਬਚਾਅ ਕੀਤਾ। ਇੱਕ ਗੁਰਮੀਤ ਸਿੰਘ ਅਤੇ ਮਦਨ ਸੁਨਿਆਰੇ ਜਿਨ੍ਹਾਂ ਦੀ ਸਾਰੀ ਸ਼ੈ ਜਿਹੜਾ ਇਹ ਡਿਸਪਿਊਟ ਨੂੰ ਕ੍ਰੀਏਟ ਕਰਨਾ ਚਾਹੁੰਦੇ, ਵਧਾਉਣਾ ਚਾਹੁੰਦੇ, ਸੋਚਦੇ ਕਿ ਸਾਨੀ ਦੇ ਜਾਣ ਤੋਂ ਬਾਅਦ ਉਹਦੀ ਜਿੰਨੀ ਵੀ ਪ੍ਰਾਪਰਟੀ ਅਸੀਂ ਆਪਣਾ ਕਬਜ਼ਾ ਕਰ ਲਈ। 125 ਮਰਲੇ ਟੋਟਲ ਮੇਰੀ ਜਗ੍ਹਾ ਇਸ ਟਾਈਮ 125 ਮਰਲੇ। ਉਹਨਾਂ ਦਾ ਪਤਾ ਨਹੀਂ ਕਿਹਦੇ ਨਾਲ ਝਗੜਾ ਅਤੇ ਕਿਹਦੇ ਨਾਲ ਨਹੀਂ। ਕੀਮਤ ਹੋਏਗੀ ਟੋਟਲ ਇਸ ਜਗ੍ਹਾ ਦੀ? ਪਤਾ ਨਹੀਂ ਜੀ, ਜਦੋਂ ਜਿਹੜੀ ਆਪਣੀ ਜ਼ਮੀਨ ਦੀ ਤਾਂ ਕੋਈ ਆਪਣੀ ਬਣਾਉਂਦਾ ਵੀ ਨਹੀਂ ਨਾ। ਹੁਣ ਮੇਰੇ ਮਕਾਨ ਦੀ ਮੇਰੇ ਘਰ ਦੀ ਕੀ ਕੀਮਤ ਹੈ, ਮੈਂ ਕਿਉਂ ਦੱਸਾਂ ਮੈਂ ਕਿਹੜਾ ਵੇਚਣੀ ਹੈ? ਅੰਬਿਕਾ ਖੰਨਾ ਮੈਡਮ ਦਾ ਗੁਰਮੀਤ ਸਿੰਘ ਨਾਲ ਕੋਈ ਪਲੋਟ ਜਿਹੜਾ ਜਿੱਥੇ ਆਪਾਂ ਖੜੇ ਹਾਂ ਉਹਦਾ ਰੌਲਾ ਸੀਗਾ, ਉਹਦੀ ਦਰਖਾਸਤ ਚੱਲ ਰਹੀ ਸੀਗੀ ਸਾਡੇ ਕੋਲ, ਉਸੇ ਕਰਕੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ 'ਤੇ ਫਾਇਰ ਗੁਰਮੀਤ ਸਿੰਘ ਦੀ ਪਾਰਟੀ ਨੇ ਕਰਾਇਆ। ਕਿੰਨੇ ਰਾਊਂਡ ਫਾਇਰ ਹੋਏ ਦੇ ਕੌਣ? 20-25 ਰਾਊਂਡ ਇਹਨਾਂ ਦੇ ਮੁਤਾਬਿਕ ਹੈਗਾ ਕਿ 20-25 ਰਾਊਂਡ ਫਾਇਰ ਕੀਤੇ ਇਹਨਾਂ ਨੇ, 20-25-30 ਰਾਊਂਡ ਇਹਨਾਂ ਵੱਲੋਂ ਵੀ ਫਾਇਰ ਕੀਤੇ ਗਏ ਜੀ? ਇਹਨਾਂ ਨੇ ਵੀ ਕੀਤੇ ਜੀ। ਕਿੰਨੇ ਬੰਦੇ ਸੀ ਟੋਟਲ ਉਹਨਾਂ ਵੱਲੋਂ? ਇਹਨਾਂ ਦੇ ਕਹਿਣ ਦਾ ਹੀ ਹੈ ਜੀ, ਆਪਾਂ ਵੈਰੀਫਾਈ ਕਰ ਰਹੇ ਵੈਸੇ, ਉਹ ਜਿਹੜੀ CCTV ਫੁਟੇਜ ਦੇਖੀ ਉਹਦੇ 'ਤੇ ਉਹ ਕਿਉਂਕਿ ਕੈਮਰਾ ਜਿਹੜਾ ਉਹ ਦੂਰ ਲੱਗਿਆ ਸੀਗਾ, ਇਸ ਕਰਕੇ ਐਗਜੈਕਟ ਨੰਬਰ ਆਫ ਪੀਪਲ ਆਪਾਂ ਸਰਟੇਨ ਨਹੀਂ ਕਰ ਸਕਦੇ। ਬਾਕੀ ਇਹਨਾਂ ਦੇ ਕਹਿਣ ਦੇ ਮੁਤਾਬਿਕ ਹੈਗਾ ਜੀ 40-45 ਬੰਦੇ ਸੀਗੇ। ਕੋਈ ਜ਼ਖਮੀ? ਜ਼ਖਮੀ ਹੁਣ ਤੱਕ ਦੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਜ਼ਖਮੀ ਹੋਇਆ। ਕੀ ਕਾਰਵਾਈ ਕੀਤੀ ਜਾ? ਆਪਾਂ ਪਰਚਾ ਦਰਜ ਕਰ ਰਹੇ ਹਾਂ ਔਰ ਰੇਡ ਕਰ ਰਹੇ ਹਾਂ ਜੀ।